ਕੀ ਹਾਲ ਚਾਲ ਨੇ ਜੀ ਸਾਰੇ ਵੀਰਾਂ ਅਤੇ ਭੈਣਾਂ ਦੇ ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਅੱਜ ਤੁਹਾਨੂੰ ਇੱਕ ਵਰਬ ਸਮਝਾਈ ਜਾਵੇਗੀ ਤੇ ਉਸ ਨਾਲ ਸੰਬੰਧਿਤ ਵਿਸ਼ੇਸ਼ਣ ਵੀ ਸਮਝਾਇਆ ਜਾਵੇਗਾ ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਨਵੀਂ ਇਟਾਲੀਅਨ ਲੈਂਗੁਏਜ ਦੀ ਕਲਾਸ 30 ਅਕਤੂਬਰ ਨੂੰ ਸ਼ੁਰੂ ਹੋਣ ਚੱਲੀ ਹੈ ਜਿਸ ਦਾ ਸਮਾਂ ਹੋਵੇਗਾ ਸ਼ਾਮ 7:30 ਵਜੇ ਦਾ ਵਧੇਰੀ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ WhatsApp ਨੰਬਰ ਹੈ 3396610900 ਅੱਜ ਅਸੀਂ ਜਿਹੜੀ ਵਰਬ ਸਮਝਾਂਗੇ ਉਹ ਹੈ ਨਸਕੋਨ ਦੇਰੇ ਹੁਣ ਜਿਹੜੀ ਵਰਬ ਨਸਕੋਨ ਦੇਰੇ ਆ ਉਹ ਵਰਤੀ ਜਾਂਦੀ ਹੈ ਲੁਕਾਉਣ ਲਈ ਛੁਪਾਉਣ ਲਈ ਲੁਕਾਉਣਾ ਹੁਣ ਇਹ ਇੱਕ ਫੀਲ드 ਦੇ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਚੀਜ਼ਾਂ ਦੇ ਨਾਲ ਵੀ ਸਬੰਧ ਰੱਖਦਾ ਹੈ ਜਿਵੇਂ ਮੈਂ ਕਹਾਂ ਤੂੰ ਮੇਰੇ ਤੋਂ ਗੱਲਾਂ ਕਿਉਂ ਲੁਕਾਉਂਦਾ ਹੈ ਕੋਈ ਵੀ ਇੰਪੋਰਟੈਂਟ ਗੱਲ ਹੋਵੇ ਤੂੰ ਹਮੇਸ਼ਾ ਮੇਰੇ ਤੋਂ ਲੁਕਾ ਲੈਂਦਾ ਹੈ ਹੁਣ ਇੱਥੇ ਇੱਕ ਫੀਲ ਹੈ ਜੀ ਇੱਕ ਫੀਲ ਹੈ ਹੁਣ ਚੀਜ਼ਾਂ ਦਾ ਗੱਲ ਕਰਦੇ ਆਂ ਉਹਨੇ ਮੇਰਾ ਟੈਲੀਫੋਨ ਲੁਕਾ ਦਿੱਤਾ ਉਹ ਮੇਰਾ ਕੰਪਿਊਟਰ ਲੁਕਾ ਰਿਹਾ ਹੈ ਹੁਣ ਇੱਥੇ ਉਹ ਚੀਜ਼ਾਂ ਵਾ ਉਹ ਮੇਰਾ ਕੰਪਿਊਟਰ ਲੁਕਾ ਰਿਹਾ ਹੈ ਜਾਂ ਉਸਨੇ ਮੇਰਾ ਟੈਲੀਫੋਨ ਲੁਕਾ ਦਿੱਤਾ ਹੁਣ ਇੱਥੇ ਇੱਕ ਚੀਜ਼ਾਂ ਨੂੰ ਲੁਕਾਇਆ ਗਿਆ ਹੈ ਠੀਕ ਹੈ ਉਥੇ ਫੀਲ ਦੇ ਵਿੱਚ ਸੀ ਗੱਲਾਂ ਉਹ ਫੀਲ ਦੇ ਨਾਲ ਸੰਬੰਧ ਰੱਖਦਾ ਹੈ ਇਦੋਈ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਹੈ ਕਿਉਂਕਿ ਕਈ ਵਾਰ ਕੋਈ ਕਨਫਿਊਜ਼ ਹੋ ਜਾਂਦਾ ਹੈ ਕਿ ਨਹੀਂ ਮੈਂ ਇਹਨੂੰ ਚੀਜ਼ਾਂ ਦੇ ਲਈ ਵਰਤਾਂ ਗੱਲਾਂ ਦੇ ਲਈ ਸ਼ਾਇਦ ਕੋਈ ਹੋਰ ਸ਼ਬਦ ਹੋਊਗਾ ਨਹੀਂ ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਯੂਜ਼ ਕਰਦੇ ਹੋ ਉਵੇਂ ਹੀ ਇਟਾਲੀਅਨ ਪਾਸ਼ਾ ਦੇ ਵਿੱਚ ਹੈਗਾ ਹੈ ਨਸਕੋਂ ਦੇਰੀ ਇਹ ਵਰਬ ਹੈ ਹੁਣ ਇਹਦੇ ਨਾਲ ਸੰਬੰਧਿਤ ਜਿਹੜਾ ਵਿਸ਼ੇਸ਼ਣ ਹੈ ਕਿਉਂਕਿ ਹੁਣ ਵਰਬ ਤੇ ਵਿਸ਼ੇਸ਼ਣ ਦੋ ਕਿਉਂ ਲਿਖਿਆ ਕਿਉਂਕਿ ਜਿਹੜੀ ਵਰਬ ਹੈ ਨਾ ਵਰਬ ਕਿਸੇ ਦੁਆਰਾ ਵਰਬ ਦਾ ਮਤਲਬ ਹੈ ਕਿ ਕਿਸੇ ਦੁਆਰਾ ਕੰਮ ਕੀਤਾ ਜਾਣਾ ਜਿਵੇਂ ਇਓ ਨਸਕੋਂਡੋ ਮੈਂ ਲੁਕਾਉਂਦਾ ਹਾਂ ਜਾਂ ਤੂੰ ਲੁਕਾਉਂਦਾ ਹੈ ਜਾਂ ਲੁਕਾਉਂਦੀ ਹੈ ਜਾਂ ਉਹ ਲੁਕਾਉਂਦਾ ਹੈ ਮਤਲਬ ਕਿਸੇ ਵਿਅਕਤੀ ਨੇ ਕੋਈ ਐਕਸ਼ਨ ਕੀਤਾ ਕੁਝ ਕਰਨ ਦਾ ਹੁਣ ਕਿਰਿਆ ਹੈ ਕਿਰਿਆ ਹੈਗੀ ਆ ਜੀ ਨਸਕੋਸਤੋ ਨਸਕੋਸਟੋ ਮਤਲਬ ਲੁਕਿਆ ਹੁਣ ਕਿਰਿਆ ਇਹ ਉਹ ਆ ਈ ਏ ਦੇ ਵਿੱਚ ਕੰਮ ਕਰਦੀ ਹੈ ਜਿਵੇਂ ਗੱਲ ਕਰਦੇ ਆ ਮਸਕੀਲੇ ਸਿੰਗੂਲਾਰੇ ਲਈ ਓ ਫੈਮਿਨੀਲੇ ਸਿੰਗੂਲਾਰੇ ਲਈ ਆ ਨਸਕੋਸਤੋ ਲੁਕਿਆ ਨਸਕੋਸਤਾ ਲੁਕੀ ਨਸਕੋਸਤੀ ਲੁਕੇ ਨਸਕੋਸਤੇ ਲੁਕੀਆਂ ਸਭ ਤੋਂ ਪਹਿਲਾਂ ਵਰਬ ਕਰਦੇ ਆ ਨਸਕੋਨ ਦੇ ਰੇ ਇਓ ਨਸਕੋਨ ਤੋਂ ਮੈਂ ਲੁਕਾਉਂਦਾ ਹਾਂ ਜਾਂ ਮੈਂ ਲੁਕਾਉਂਦੀ ਹਾਂ ਤੂੰ ਨਸਕੋਨ ਦੀ ਤੂੰ ਲੁਕਾਉਂਦਾ ਹੈ ਜਾਂ ਤੂੰ ਲੁਕਾਉਂਦੀ ਹੈ ਲੁਈ ਨਸਕੋਂਦੇ ਉਹ ਲੁਕਾਉਂਦਾ ਹੈ ਲਈ ਨਸਕੋਂਦੇ ਉਹ ਲੁਕਾਉਂਦੀ ਹੈ ਨੋਈ ਨਸਕੋਂਦੀਆਮੋ ਅਸੀਂ ਲੁਕਾਉਂਦੇ ਹਾਂ ਵੋਈ ਨਸਕੋਂਦੇ ਤੇ ਤੁਸੀਂ ਲੁਕਾਉਂਦੇ ਹੋ ਲੋਰੋ ਨਸਕੋਂਦੋਨੋ ਉਹ ਲੁਕਾਉਂਦੇ ਹਨ ਸੈਂਟੈਂਸਸ ਵੀ ਨੇ ਸੈਂਟੈਂਸਸ ਦੇ ਨਾਲ ਨਾ ਚੀਜ਼ ਥੋੜੀ ਕਲੀਅਰ ਹੋ ਜਾਂਦੀ ਹੈ ਕਿ ਕਿਦਾਂ ਚੀਜ਼ ਸਮਝਾਈ ਗਈ ਆ ਜਾਂ ਇਹਦਾ ਕਿਸ ਤਰੀਕੇ ਦੇ ਨਾਲ ਕੀ ਮਤਲਬ ਬਣਿਆ ਹਨ ਜਿਵੇਂ ਪਹਿਲਾ ਸੈਂਟੈਂਸ ਇਓ ਨੋਂ ਨਸਕੋਂਡੋ ਮਾਈ ਲੇ ਕੋਜ਼ੇ ਦਾਤੇ ਮੈਂ ਕਦੇ ਵੀ ਤੇਰੇ ਤੋਂ ਚੀਜ਼ਾਂ ਨਹੀਂ ਲੁਕਾਉਂਦਾ ਹਾਂ ਮੈਂ ਕਦੇ ਵੀ ਤੇਰੇ ਤੋਂ ਚੀਜ਼ਾਂ ਨਹੀਂ ਲੁਕਾਉਂਦਾ ਹਾਂ ਤੂੰ ਪਰਕੇ ਨਸਕੋਂਦੀ ਲੇ ਕਾਰਾਮੇਲੇ ਤੂੰ ਕਿਉਂ ਟੋਫੀਆਂ ਲੁਕਾਉਂਦਾ ਹੈ ਜਾਂ ਤੂੰ ਕਿਉਂ ਟੋਫੀਆਂ ਲੁਕਾਉਂਦੀ ਹੈ ਨੋਈ ਨੋਨ ਨਸਕੋਂਦੀਆਮੋ ਨੀਂਤੇ ਤਰਾ ਲਾ ਫਾਮੀਲੀਆ ਅਸੀਂ ਫੈਮਲੀ ਵਿੱਚ ਘਰ ਕੁਛ ਨਹੀਂ ਲੁਕਾਉਂਦੇ ਹਾਂ ਚੌਥਾ ਕੀ ਐ ਨਸਕੋਸਤੋ ਦਿਏਟਰੋ ਲਾ ਪੋਰਤਾ ਦਰਵਾਜੇ ਦੇ ਪਿੱਛੇ ਕੌਣ ਲੁਕਿਆ ਹੈ ਪਹਿਲੇ 3 ਜਿਹੜੇ ਸੈਂਟੈਂਸ ਹੈਗੇ ਆ ਉਹਦੇ ਵਿੱਚ ਕਿਸੇ ਵਿਅਕਤੀ ਦੁਆਰਾ ਕੁਝ ਐਕਸ਼ਨ ਕੀਤਾ ਗਿਆ ਕੰਮ ਕਿਸੇ ਵਿਅਕਤੀ ਨੇ ਕੀਤਾ ਲੁਕਾਉਂਦਾ ਇਹ ਉਹ ਨੋਨਸਕੋਂਡੋ ਮਾਈ ਮੱਕਾ ਦੇ ਨਹੀਂ ਲੁਕਾਉਂਦਾ ਲੇਕੋਜ਼ੀ ਚੀਚਾ ਦਾਤਾ ਤੇਰੇ ਤੋਂ ਤੂੰ ਪਰਕੇ ਨਸਕੋਂਦੀ ਤੂੰ ਕਿਉਂ ਲੁਕਾਉਂਦਾ ਹੈ ਜਾਂ ਤੂੰ ਕਿਉਂ ਲੁਕਾਉਂਦੀ ਹੈ ਕਿਸੇ ਪਰਸਨ ਦੁਆਰਾ ਪਰ ਕੀ ਐ ਨਸਕੋਸ ਤੋਂ ਕੋਣ ਲੁਕਿਆ ਹੈ ਹੁਣ ਇੱਥੇ ਕਿਸੇ ਨੇ ਨਹੀਂ ਲਕਾਇਆ ਇੱਥੇ ਕਿਸ ਨੇ ਕੋਈ ਲੁਕਾਉਂਦਾ ਐਕਸ਼ਨ ਨਹੀਂ ਕੀਤਾ ਕੁਝ ਲੁਕਿਆ ਹੈ ਸਮਝਦੇ ਬਿਓ ਚੀਜ਼ ਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਤਾਂ ਹੀ ਹੋਣਗੀਆਂ ਕਿ ਅਗਰ ਅਸੀਂ ਕਲਾਸਿਜ਼ ਲਗਾਉਨੇ ਆ ਅਗਰ ਅਸੀਂ ਪੜ੍ਹਦੇ ਆ ਸਾਨੂੰ ਸਮਝ ਹੈਗੀ ਆ ਰੱਟਿਆਂ ਦੇ ਨਾਲ ਸੁਣ ਕੇ ਬੋਲੀ ਨਹੀਂ ਆਉਣੀ ਲਾਈਨ ਨੂੰ ਯਾਦ ਕਰ ਲੋਗੇ ਰੱਟਾ ਮਾਰ ਲੋਗੇ ਤਾਂ ਅੱਗੇ ਰੱਟਾ ਚਲਾ ਲੋਗੇ ਤੇ ਅਗਲੇ ਨੇ ਕਿਸੇ ਹੋਰ ਫਾਰਮ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਲਈ ਫਿਰ ਉੱਥੇ ਕੀ ਕਰੋਗੇ ਸੋ ਰੱਟਿਆਂ ਦੇ ਨਾਲ ਨਹੀਂ ਬੋਲੀ ਆਉਂਦੀ ਬੋਲੀ ਨੂੰ ਤੁਹਾਨੂੰ ਸਮਝਣਾ ਪੈਣਾ ਹੈ ਨਵੀਂ ਕਲਾਸ ਸ਼ੁਰੂ ਹੋਣ ਚੱਲੀ ਹੈ 30 ਅਕਤੂਬਰ ਨੂੰ ਸ਼ਾਮ 7:30 ਵਜੇ ਦੇ ਟਾਈਮ ਤੇ